ਇੱਕ ਬਹੁਤ ਵੱਡੀ ਅਪਡੇਟ ਕੈਨੇਡਾ ਪੀਆਰ ਨੂੰ ਲੈ ਕੇ ਆ ਰਹੀ ਆ ਪੀਟੀ ਕੋਰ ਦਾ ਐਗਜ਼ਾਮ ਦੇ ਕੇ ਵੀ ਹੁਣ ਤੁਸੀਂ ਪੀਆਰ ਦੇ ਲਈ ਐਲੀਜੀਬਿਲਟੀ ਬਣਾ ਸਕਦੇ ਹੋ ਬਹੁਤ ਸਾਰੇ ਉਹ ਸਟੂਡੈਂਟ ਜਿਹੜੇ ਕੈਨੇਡਾ ਪੀਆਰ ਅਪਲਾਈ ਕਰਨਾ ਚਾਹੁੰਦੇ ਆ ਕਿਸੇ ਵੀ ਪ੍ਰੋਗਰਾਮ ਦੇ ਅੰਦਰ ਅਪਲਾਈ ਕਰਨਾ ਚਾਹੁੰਦੇ ਆ ਪੀਟੀ ਕੋਰ ਦਾ ਐਗਜ਼ਾਮ ਦੇ ਕੇ ਹੁਣ ਉਹ ਪੀਆਰ ਦੇ ਲਈ ਐਲੀਜੀਬਲ ਨੇ ਸੋ ਲਾਸਟ ਈਅਰ ਹੀ ਇਸ ਦੀ ਅਪਰੂਵਲ ਜਿਹੜੀ ਦੇ ਦਿੱਤੀ ਗਈ ਸੀ ਤੇ ਫਰਵਰੀ 2024 ਤੋਂ ਇਸ ਨੂੰ ਐਪਲੀਕੇਬਲ ਕੀਤਾ ਗਿਆ ਪਹਿਲਾ ਐਗਜ਼ਾਮ ਵੀ ਜਿਹੜਾ ਪੀਟੀ ਕੋਰ ਦਾ ਉਹ 12 ਫਰਵਰੀ ਨੂੰ ਹੋਣਾ ਤੇ 24 ਘੰਟੇ ਪਹਿਲਾਂ ਉਸ ਦੀ ਬੁਕਿੰਗ ਕੀਤੀ ਜਾ ਸਕਦੀ ਹੈ ਲਾਸਟ ਈਅਰ ਹੀ ਪੀਟੀ ਅਕੈਡੈਮਿਕ ਨੂੰ ਵੀ ਕੈਨੇਡਾ ਸਟੱਡੀ ਵੀਜ਼ਾ ਦੇ ਐਸਡੀਐਸ ਪ੍ਰੋਗਰਾਮ ਦੇ ਲਈ ਸੈਪਟ ਕੀਤਾ ਗਿਆ ਸੀ ਤੇ ਹੁਣ ਪੀਆਰ ਦੇ ਵਿੱਚ ਵੀ ਤੁਸੀਂ ਪੀਟੀ ਕਰਕੇ ਆਪਣੀ ਐਲੀਜੀਬਿਲਟੀ ਬਣਾ ਸਕਦੇ ਹੋ ਕਿਤਨਾ ਕਿਤੇ ਇੱਕ ਚੰਗੀ ਨਿਊਜ਼ ਐਪਲੀਕੈਂਟਸ ਦੇ ਲਈ ਆ ਦੂਸਰੀ ਅਗਰ ਗੱਲ ਕਰੀਏ ਬਹੁਤ ਸਾਰੇ ਸਟੂਡੈਂਟ ਜਿਹੜੇ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਆ ਜਾਂ ਕੈਨੇਡਾ ਵਰਕ ਪਰਮਿਟ ਤੇ ਆ ਜਦੋਂ ਉਹਨਾਂ ਨੇ ਪੀਆਰ ਅਪਲਾਈ ਕਰਨੀ ਆ ਤਾਂ ਉਹਨਾਂ ਨੂੰ ਪਹਿਲਾਂ ਜਨਰਲ ਟ੍ਰੇਨਿੰਗ ਦਾ ਐਗਜ਼ਾਮ ਦੇਣਾ ਪੈਂਦਾ ਸੀ ਸੋ ਹੁਣ ਉਹ ਜਨਰਲ ਟ੍ਰੇਨਿੰਗ ਐਗਜ਼ਾਮ ਦੇਣ ਦੀ ਬਜਾਏ ਪੀਟੀ ਕੋਰ ਕਰਕੇ ਵੀ ਆਪਣੀ ਐਲੀਜੀਬਿਲਟੀ ਬਣਾ ਸਕਦੇ ਆ ਇੰਡੀਆ ਤੋਂ ਵੀ ਚਾਹੇ ਤੁਸੀਂ ਆਪਣੀ ਪੀਆਰ ਅਪਲਾਈ ਕਰਨੀ ਆ ਚਾਹੇ ਉਹ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਹੈ ਜਦ ਪੀਐਨਪੀ ਪ੍ਰੋਗਰਾਮ ਹੈ ਤੁਸੀਂ ਪੀਟੀ ਕੋਰ ਕਰ ਸਕਦੇ ਹੋ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਕੈਨੇਡਾ ਦੇ ਵਿੱਚ ਸਟੂਡੈਂਟ ਨੂੰ ਆਉਂਦੀ ਸੀ ਉਹ ਸੈਂਟਰ ਦੀ ਲੋਕੇਸ਼ਨ ਨੂੰ ਲੈ ਕੇ ਆਉਂਦੀ ਸੀ ਕਿਉਂਕਿ ਬਹੁਤ ਘੱਟ ਜਗ੍ਹਾ ਦੇ ਉੱਪਰ ਜਨਰਲ ਟ੍ਰੇਨਿੰਗ ਦਾ ਜਿਹੜਾ ਐਗਜ਼ਾਮ ਉਹ ਹੁੰਦਾ ਸੀ ਸੋ ਪੀਟੀ ਦੇ ਅਗਰ ਸੈਂਟਰ ਦੀ ਗੱਲ ਕਰੀਏ ਤਾਂ 400 ਤੋਂ ਪਲੱਸ ਸੈਂਟਰਸ ਜਿਹੜੇ ਪੀਟੀ ਕੋਰਦੇ ਆ 118 ਕੰਟਰੀਜ਼ ਦੇ ਵਿੱਚ ਤੇ ਇਕੱਲੇ ਕੈਨੇਡਾ ਦੇ ਵਿੱਚ ਹੀ 25 ਸੈਂਟਰ ਨੇ ਆਲਮੋਸਟ ਸਾਰੀਆਂ ਵੱਡੀਆਂ ਸਿਟੀਜ਼ ਨੂੰ ਉਹਨਾਂ ਨੇ ਕਵਰ ਕੀਤਾ ਸੋ ਹੁਣ ਤੁਹਾਨੂੰ ਪੀਟੀ ਕੋਰ ਦਾ ਐਗਜ਼ਾਮ ਦੇਣ ਦੇ ਲਈ ਟਰੈਵਲ ਕਰਨ ਦੀ ਜ਼ਰੂਰਤ ਨਹੀਂ ਹੈ ਆਪਣੀ ਸਿਟੀ ਇਗਜ਼ਾਮ ਦੇ ਕੇ ਆਪਣੀ एलिजिबिलिटी पीआर ਦੇ ਲਈ ਬਣਾ ਸਕਦੇ ਹੋ